देख रहे हो सांझ टीवी न्यूज पोर्टल। ਬਠਿੰਡਾ ਦੇ ਸਿਵਲ ਹਸਪਤਾਲ 'ਚ ਡਿਲੀਵਰੀ ਤੋਂ ਬਾਅਦ ਔਰਤ ਦੀ ਮੌਤ ਹੋਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿਖੇ ਡਾਕਟਰਾਂ ਖਿਲਾਫ ਨਾਅਰੇਬਾਜ਼ੀ ਕਰ ਜੰਮ ਕੇ ਹੰਗਾਮਾ ਕੀਤਾ ਗਿਆ। ਇਸ ਮੌਕੇ ਉਹਨਾਂ ਡਾਕਟਰਾਂ ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਡਿਲੀਵਰੀ ਤੋਂ ਬਾਅਦ ਮ੍ਰਿਤਕ ਔਰਤ ਦਾ ਸਹੀ ਇਲਾਜ ਨਾ ਹੋਣ ਕਾਰਨ ਉਸਦੀ ਮੌਤ ਹੋਈ ਹੈ। ਮੇਰੇ ਪੇਸ਼ੈਂਟ ਕੇ ਸਾਥ ਲਾਪਰਵਾਹੀ ਹੋਈ, ਉਸਕੋ ਤਭੀ ਦਰਦ ਥਾ, ਕਿਉਂ ਬਾਕੀ ਚਾਰ ਕੇ ਹੋਏ ਕਿਉਂ ਨਹੀਂ ਹੋਇਆ ਉਸਕੋ, इसको कोई नुक्स था तभी तो उसको दर्द हो रहा था। अगर उसी में अगर डॉक्टर को बुला लेते, देख लेते तो जरूर डॉक्टर कुछ तो बताती। एन मौके पर डॉक्टर को बुलाया जब मेरा पेशेंट नहीं था। डॉक्टर के कारवारी होना चाहिए, जो भी कोई गरीब आता हमारे वर्ग, चाहे कोई भी आए, बच्चे भी आए, उनका अच्छा से अच्छा इलाज होना चाहिए, देखना चाहिए। डॉक्टर एक बार भी नहीं, उनकी बस यही जिम्मेवारी एक बार ऑपरेशन करके दोबारा देखना नहीं चाहिए। ਪਰਿਵਾਰਕ ਮੈਂਬਰਾਂ ਨੇ ਇਸ ਦੌਰਾਨ ਮੰਗ ਕੀਤੀ ਕਿ ਔਰਤ ਦਾ ਪੋਸਟਮਾਰਟਮ ਨਾ ਕੀਤਾ ਜਾਏ, ਪਰ ਪੁਲਿਸ ਤੋਂ ਬਣਦੀ ਕਾਰਵਾਈ ਦਾ ਭਰੋਸਾ ਮਿਲਣ ਤੋਂ ਬਾਅਦ ਉਹਨਾਂ ਨੇ ਲਾਸ਼ ਨੂੰ ਪੋਸਟਮਾਰਟਮ ਕਰਨ ਦੇ ਲਈ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਮੁੰਨੀ ਦੇ ਵੀ ਇੱਥੇ ਡਿਲੀਵਰੀ ਕੇਸ ਦੇ ਸੰਬੰਧ ਵਿੱਚ ਇੱਥੇ ਦਾਖਲ ਸੀ ਸਿਵਲ ਹਸਪੀਟਲ ਦੇ ਵਿੱਚ। ਇਹਦੀ ਕੱਲ੍ਹ ਡਿਲੀਵਰੀ ਹੋਈ ਹੈ, ਬੱਚੀ ਇਹਦੇ ਪੈਦਾ ਹੋਈ ਹੈ, ਆਫਟਰ ਡਿਲੀਵਰੀ ਇਹਦੀ ਡੈਥ ਹੋ ਗਈ ਸੀ। ਅਤੇ ਅੱਗੇ ਜਿਹੜੇ ਇਹਦੇ ਵਾਰਸ ਆ ਗਏ ਨੇ ਉਹ ਜਿਸ ਹਿਸਾਬ ਦੀ ਕਾਰਵਾਈ ਕਰਨਗੇ ਅਸੀਂ ਉਸਨੂੰ ਰਿਪੋਰਟ ਕਰਕੇ। ਮਾਮਲੇ 'ਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਵੇਖਣਾ ਹੋਵੇਗਾ ਕਿ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ। ਜਗਬਾਣੀ ਟੀਵੀ ਚੰਡੀਗੜ੍ਹ ਲਈ ਬਠਿੰਡਾ ਤੋਂ VK ਬਹਿਲ ਦੀ ਰਿਪੋਰਟ। ਉਧਰ ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਤੇ ਲੱਗੇ ਸਾਰੇ ਆਰੋਪ ਗਲਤ ਨੇ, ਉਹਨਾਂ ਵੱਲੋਂ ਇਲਾਜ ਦੌਰਾਨ ਕੋਈ ਵੀ ਲਾਪਰਵਾਹੀ ਨਹੀਂ ਵਰਤੀ ਗਈ। ਬਿਊਰੋ ਰਿਪੋਰਟ, ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।